ਚਲਦੀ ਹੋਇਆ ਇਨਵੈਂਟਰੀ ਚਲਦੀ ਇਹਨਾਂ ਨੂੰ ਉਹਨੂੰ ਕਿਹਾ ਸੀ ਆਪਣਾ ਉਹ ਗਿੱਲ ਗਿਆ ਨਾ ਤਰਦਾਲੀ ਭਾਈ ਲੈ ਕੇ ਜਾਓ ਯਾਰ ਕੀ ਕਹਿੰਦਾ ਆਣੀ ਹੁੰਦਾ ਹਲੇ ਇੱਥੇ ਬਹਿ ਰਹੇ ਆਰਟਿਸਟ ਆ ਰਹੇ ਤੇ ਨਾ ਹੋਰ इनका ग्रुप है क्लास में, आप कॉन्वेंट स्कूल में पढ़ते हो आप सारे, ठीक है, बच्चों की क्लास है आप सबकी, एग्जाम में पढ़ा हुआ है तो फोर्थ में एडमिशन मिलती है आपके साथ। पहले दिन आप लोग इसकी रैगिंग करते हो, बेटा आप लोगों ने ना यहाँ पे खेलना है। देख रहे हैं सारे इधर बैठे हैं, देख रहे सारे नोटिस कर, बाकी बच्चे पीछे खेल रहे हैं, उन्होंने भी थोड़ा कोई लेन देन ऐसे सारे बैठ जाना, सारे बैठ जाना, बैठ जाना ये है ना, देन एक दूसरे का आगे टिक कर देना सारे, है ना, ऐसे एक दूसरे का वो ले लेना किसी बाइक कर देना, ठीक है। Big
सेक्शन में ले जाओ इनको, शूटिंग सेक्शन के लिए पीछे मुड़ जाइए, ले जाइए वापस। पॉइंट ऑफ व्यू से अभी सर लेडीज जा रहे हैं, सर इसके बाद क्लियर करा के मेन बढ़िया क्लियर क्लियर आ लाइट रेड जाते ਅਸੀਂ ਸਕੂਲ ਕਾਨਵੈਂਟ ਸਕੂਲ ਕਮ 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 ਕਰ ਰਹੇ ਸੀ ਸ਼ੂਟ ਕਰ ਰਹੇ ਹਾਂ ਸਾਡੇ ਜੂਨੀਅਰ ਆਰਟਿਸਟ ਇਹਨਾਂ ਦਾ ਬਹੁਤ ਸਾਨੂੰ ਸਹਿਯੋਗ ਮਿਲ ਰਿਹਾ, ਬਹੁਤ ਸਪੋਰਟ ਇਹਨਾਂ ਦੀ ਮਿਲ ਰਹੀ ਹੈ ਔਰ ਇੱਕ ਬੜੀ ਡਿਫਰੈਂਟ ਇੱਕ ਯੂਨੀਕ ਜੀ ਸਟੋਰੀ ਹੈ ਫਿਲਮ ਜਿਹਦਾ ਜ਼ਿਆਦਾ ਸਟੋਰੀ ਮੈਂ ਰਿਵੀਲ ਨਹੀਂ ਕਰ ਸਕਦਾ ਬਟ ਟਾਈਟਲ ਆਪਣੇ ਆਪ 'ਚ ਕੁਛ ਨਾ ਕੁਛ ਕਹਿ ਜਾਂਦਾ ਕਿ ਫਿਲਮ ਕਿੱਦਾਂ ਦੀ ਹੋਊਗੀ। ਹਾਲ ਹੀ 'ਚ ਤੁਸੀਂ ਸਾਡੀ ਫਿਲਮ ਦੇਖੀ ਹੈ ਮਿਸਟਰ ਐਂਡ ਮਿਸਿਸ 420 ਰਿਟਰਨਸ, ਜਿਹੜੀ ਕਿ ਬਹੁਤ ਜ਼ਿਆਦਾ ਪਿਆਰ ਸਾਰਿਆਂ ਨੇ ਫਿਲਮ ਨੂੰ ਦਿੱਤਾ, ਇੱਕ ਡਿਫਰੈਂਟ ਫਿਲਮ ਸੀ। ਇਸ ਤੋਂ ਪਹਿਲਾਂ ਬੋਲ ਮੂਵੀ ਨਹੀਂ ਥੈਂਕ ਯੂ ਬਟ ਉਹ ਵੀ ਯੂਨੀਕ ਜਿਹੇ ਸਬਜੈਕਟ ਉੱਤੇ ਬੇਸ ਸੀਗੀ ਫਿਲਮ। ਇਸੇ ਤਰ੍ਹਾਂ ਜਿਹੜੀ ਕੂੜਾ ਹੈੜਾ ਹੈ ਇੱਕ ਬਹੁਤ ਹੀ ਡਿਫਰੈਂਟ ਸਟੋਰੀ ਹੈ ਔਰ ਆਮ ਸ਼ੋਰ ਪੂਰੀ ਉਮੀਦ ਕਰਦਾ ਕਿ ਸਾਡੀ ਟੀਮ ਦੇ ਵੱਲੋਂ ਜਿਹੜੀ ਫਿਲਮ ਬਣਾਈ ਜਾ ਰਹੀ ਹੈ ਬਹੁਤ ਜ਼ਿਆਦਾ ਪਸੰਦ ਕਰੂੰਗੇ। ਮੇਰੇ ਘਰ ਬਾਰਿਸ਼ ਥੋੜ੍ਹੀ ਜਿਹੀ ਰੁਕ ਰਹੀ ਹੈ, ਅੱਜ ਕੱਲ੍ਹ ਕੈਮਰਾ ਕੋਲ ਸੂਰਜ ਵੀ ਨਿਕਲ ਰਿਹਾ, ਟਰਾਈ ਕਰਦੇ ਹਾਂ ਜੀ ਜੇ ਸਾਡੇ ਸ਼ੋਟ ਜਿਹੜੇ ਪਰ ਹੋਰ ਪਏ ਨੇ ਦੁਬਾਰਾ ਦੇ ਬਾਅਦ 'ਚ ਮਿਲਦੇ ਹਾਂ ਜੀ ਬਾਏ।